ਸਾਰੇ ਦਰਸ਼ਕਾਂ ਨੂੰ ਜੀ ਅੱਜ ਸਤਿ ਸ਼੍ਰੀ ਅਕਾਲ। ਅੱਜ ਆਪਣੇ ਨਾਲ ਪਹੁੰਚੇ ਆਪਣੇ ਚਾਚਾ ਜੀ ਪਜੈਰੋ ਗੱਡੀ ਲੈ ਕੇ, ਤੇ ਅੱਜ ਪਜੈਰੋ ਗੱਡੀ ਲੈ ਕੇ ਪਹੁੰਚਿਆ ਚਾਚਾ ਜੀ ਆਪਣੇ ਕੋਲ। ਇੱਥੇ ਕੱਦੂ ਕਰਿਆ ਹੋਇਆ, ਖੇਤ ਸੁੱਕੇ ਵੀ ਹੈਗੇ, ਵਿੱਚ ਕੱਦੂ ਵਾਲਾ ਵੀ ਹੈਗਾ। ਚਾਚਾ ਕਹਿੰਦਾ ਅੱਜ ਪਜੈਰੋ ਲੈ ਕੇ ਆਏ ਹੋਏ ਆ, ਆਪਾਂ ਨੇ ਆਫ ਰੋਡਿੰਗ ਕਰਨੀ ਆ। ਹੁਣ ਆਫ ਰੋਡਿੰਗ ਦਾ ਤੁਹਾਨੂੰ ਸੀਨ ਦਿਖਾਉਂਦੇ ਹਾਂ, ਮੈਂ ਬਾਹਰ ਨਿਕਲਦਾ ਪਹਿਲਾਂ। ਗੱਡੀ ਪੂਰੀ ਸਕਿੱਟ ਕਰ ਰਹੀ ਹੈ ਇੱਥੇ ਪਜੈਰੋ, ਪੂਰੀ ਚੰਗੀ ਤਰ੍ਹਾਂ ਘੁੰਮ ਰਹੀ ਆ। ਕੱਦੂ ਵਾਲੇ ਖੇਤ ਚਲੇ ਕੇ ਚੱਲਦਾ, ਫਿਰ ਇਹਦਾ ਜੋਰ ਟੈਸਟ ਕਰਦਾ। 4x4 ਹੈ ਪਜੈਰੋ। ਆਹ ਸਾਰੇ ਇੱਥੇ ਦਰਸ਼ਕ ਆਏ ਹੋਏ ਆ, ਆਹ ਨਾਲ ਪਾਪਾ ਆਪਣੇ, ਆਹ ਸਾਰੇ ਨਾਲ ਦਰਸ਼ਕ। ਪਹਿਲਾਂ ਇੱਕ ਦੋ ਦਿਨ ਅਸੀਂ ਪਹਿਲਾਂ ਵੀ ਆਏ ਸੀਗੇ, ਉੱਥੇ ਵੀ ਮਾਰੀ ਸੀਗੀ ਸਕਿੱਟ। ਤੁਸੀਂ ਸਾਰੀਆਂ ਪਾਰਟੀਆਂ ਅੰਦਰ ਆ ਗਈਆਂ, ਹੁਣ ਆਪਾਂ ਚੱਲੂਗੇ ਤੇ ਨਾਲ ਚਾਚਾ ਆਉਣਾ। ਇੰਡੀਆ ਭਰ ਛੇਤੀ ਘੁੰਮਦੀ ਆ ਨਾ, ਇੰਡੀਆ ਭਰ ਜ਼ਿਆਦਾ ਛੇਤੀ ਕਿਹੜਾ ਖਾ ਲੈਂਦੀ ਇਹਦੇ ਨਾਲੋਂ। ਦੇਖੋ ਅੱਗੇ ਪਿੱਛੇ ਲਈ ਮਾੜਾ ਜਾ, ਨਹੀਂ ਨਹੀਂ ਚੱਲੇ ਚੱਲ ਚੱਲ ਸਾਹਮਣੇ ਕੱਦੂ। ਹੁਣ ਇਹ ਚ ਬਾੜ ਦੇਣੀ ਆਪਾਂ ਨੇ, ਉਹ ਪਰਲੇ ਪਾਸੇ ਕਰ ਦਿਓ। ਪਹਿਲਾਂ ਪਰਮਿਸ਼ਨ ਵੀ ਤਾਂ ਲੈਣੀ ਪੈਣੀ ਕਿ ਐਂ ਵੜ ਜਾਣਾ। ਇਹ ਤਾਂ ਮੈਂ ਸੁਣਨ ਪਾਈ ਹੋਈ ਆ, ਉਹ ਥੱਲੇ ਜਾ ਸਾਹਮਣੇ ਸਿੱਧਾ। ਚੱਲ ਵਾਹਿਗੁਰੂ ਦੇਖੀ ਜਾਏਗਾ, ਫਸ ਗਈ ਫਸ ਗਈ, ਹੁਣ ਫਸ ਗਈ ਫਸ ਗਈ। ਅੱਗੇ ਚੱਕਰ ਕੀ ਸਾਈਡ ਜੇ ਮਨਾ ਲੋ ਖੜ ਜਾ, ਮੈਂ ਵੀ ਉਤਰਾਂ। ਹੁਣ ਬਾੜ ਦੇਣੀ ਚਾਚੇ ਨੇ ਅੰਦਰ। ਉਹ ਬਾੜ ਦੇ ਅੰਦਰ ਜ਼ੋਰ ਦਾ ਗੱਡੀ ਦਾ ਪੂਰਾ ਵੱਜ ਰਿਹਾ ਇੱਥੇ।
ਗੱਡੀ ਇੱਕ ਵਾਰ ਚ ਲਿਪੜ ਗਈ ਸਾਰੀ। ਬਾਹਰ ਨਿਕਲਣ 'ਚ ਪ੍ਰੋਬਲਮ ਆ ਰਹੀ ਹੈ ਗੱਡੀ ਨੂੰ, ਹੁਣ ਚੱਕਰ ਆਏ ਸਲਿੱਪ ਹੋਈ ਜਾ ਰਹੀ ਹੈ ਗੱਡੀ ਇੱਥੇ। ਆਹ ਮੁੰਡਾ ਕਰ ਰਿਹਾ ਇੱਥੇ ਕੱਦੂ, ਬੈਗ ਲਿਆਉਂਗੇ ਹੁਣ ਗੱਡੀ ਨੂੰ ਇੱਥੇ। ਹੁਣ ਮੇਰੇ ਖਿਆਲ 'ਚ ਪਿੱਛੇ ਵਾਲੇ ਪਾਸੇ ਚੱਲ ਜੂਗੀ ਜ਼ਿਆਦਾ। ਗੱਡੀ ਦਾ ਫੁੱਲ ਜ਼ੋਰ ਵੱਜ ਰਿਹਾ, ਚਾਚੇ ਨੇ 4x2 ਪਤਾ ਨਹੀਂ ਕਿਉਂ ਪਾਤਾ, ਜਦੋਂ 4x4 ਜਾ ਰਹੀ ਸੀਗੀ 4x4 ਤੋਂ ਜ਼ਿਆਦਾ ਸੌਖੀ ਸੀਗੀ ਕੱਢਣੀ, ਹੁਣ ਪਾਇਆ 4x4। ਬਾਹਰ ਕੱਢਣੀ ਹੈ ਬਹੁਤ ਅੱਗੇ ਹੋ ਗਈ, ਬਾਹਰ ਕੱਢਣੇ ਪ੍ਰੋਬਲਮ ਹੋ ਰਹੀ ਆ। ਇੱਕ ਉਹ ਬੈਠੇ ਦਰਸ਼ਕ ਟਰੈਕਟਰ 'ਤੇ ਹੀ, ਹੁਣ ਜਿੱਥੇ ਨੂੰ ਆਪਣੇ ਉੱਥੇ ਨੂੰ ਬੜੀ ਸੀਗੀ, ਹੁਣ ਉੱਥੇ ਨੂੰ ਚਾਚਾ ਤਰਸੀ ਕੱਢੂਗਾ। ਪਜੈਰੋ ਫੁੱਲ ਲਿਪੜ ਗਈ, ਕੱਢਤੀ ਹੁਣ ਤਾਂ ਸੌਖੀ ਹੋ ਜਾਣੀ ਕੱਢਣੀ ਬਹੁਤ। ਚਾਚਾ ਜੀ ਫਸ ਗਈ, ਓ ਨੋ 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 ਨੋ, ਨਿਕਲ ਗਈ ਨਿਕਲ ਗਈ ਨਿਕਲ ਗਈ, ਵਿੰਡਸ਼ੀਲ ਦਾ ਦੇਖੋ ਕਿਆ ਹਾਲ ਹੋ ਗਿਆ।
ਬਾੜਨੀ ਤਾਂ ਬਹੁਤ ਸੌਖੀ ਸੀ, ਕੱਢਣੇ ਪ੍ਰੋਬਲਮ ਆ ਰਹੀ ਹੁਣ। ਓਏ ਹੋਏ ਇੱਥੇ ਤੱਕ ਛਿੱਟੇ ਆਏ ਪੂਰੇ। ਨਿਕਲ ਗਈ ਨਿਕਲ ਗਈ ਨਿਕਲ ਗਈ ਉਹ ਨਿਕਲ ਗਈ ਸਾਰੇ ਇੱਥੇ ਦਰਸ਼ਕ ਇਕੱਠੇ ਹੋਏ ਹੋਏ ਆਪਣੇ। ਆ ਰਿਹਾ ਗੱਡੀ ਦਾ ਹਾਲ, ਤੁਸੀਂ ਦੱਸੋ ਤੁਹਾਨੂੰ ਕਿੰਨਾ ਕਿੰਨਾ ਚਾਰ ਆਇਆ? ਵਧੀਆ ਚਾਚੇ ਠੀਕ ਹੈ ਵਧੀਆ ਉੱਥੇ ਦੇਖ ਰਿਹਾ ਮੈਂ ਬੜਾ ਜਿਹੜਾ ਤੇ ਆਸ ਨਾ ਮੈਂ ਕਿਆ ਚੱਕਰ ਪੈ ਗਿਆ ਮੈਂ ਹੁਣ ਦੇ ਸਿਰ ਘੁੰਮ ਗਿਆ ਉਹ ਮੈਂ ਸੋਚਿਆ ਸਰ ਰਿਸ਼ਤੇਦਾਰ ਹੋਣੇ ਨੇ ਕੰਮ ਕਰ ਰਹੇ ਨੇ ਘੁਮਾਰੇ ਆ ਚਲ ਮੈਂ ਘੁਮਾਈ ਜਾਓ ਵਧੀਆ ਹੋਰ ਗਿਆ ਇਹਨੂੰ ਆ ਦੇਖ ਉਹ ਵੀ ਸੈਣੀ ਉਹ ਵੀ ਸੋਨੂੰ ਉਹਦਾ ਬਾਪ ਵੀ ਕਾਲਾ ਤੇਰਾ ਵੀ ਬਾਪ ਵੀ ਕਾਲਾ ਇਹੀ ਗੱਲ ਕਰਦੇ ਇਕੱਠੇ ਹੋ ਗਏ ਇਕੱਠੇ ਹੋ ਗਏ ਤੁਹਾਨੂੰ ਇੱਕ ਵਾਰ ਗੱਡੀ ਦਾ 360 ਵੀ ਦਿਖਾ ਦਿੰਦਾ। ਦੇਖੋ ਅੰਦਰ ਤਾਂ ਕੁਛ ਨੀ ਦਿਖ ਰਿਹਾ ਹੈਗਾ, ਸੱਚਾ ਪਤਾ ਨੀ ਕਿਵੇਂ ਚਲਾਈ ਹਰ ਇੱਕ ਕੁਛ ਨੀ ਪਤਾ ਜਾ ਰਿਹਾ ਹੈਗਾ ਚਾਚਾ ਜੀ ਤੁੱਕੇ ਨਾਲ ਹੀ ਚਲਾ ਰਿਹਾ ਕਿ ਨਹੀਂ ਚਾਚੇ ਨਜ਼ਾਰੇ ਦਾ ਨੀ ਆਇਆ ਇੱਕ ਵਾਰ ਹੋਰ ਬਾੜ ਨੀ ਸੀਗੀ ਖੈਰ ਜਿਹੜੀ ਆਪਣੀ ਇੰਡੇਵਰ ਹੈ ਉਹ ਇੱਥੇ ਜ਼ਿਆਦਾ ਚੱਕਰ ਖਾ ਦਿੰਦੀ ਹੈ ਜਿਹੜੇ ਨਾਲੋ ਹੁਣ ਇੱਥੇ ਇਹਨੇ ਮੜ ਜਾ ਸਾਫ਼ ਸਫਾਈ ਕਰਦਾ ਹੁਣ ਇੱਥੇ ਇਹਨੂੰ ਮਾੜਾ ਜੀ ਸਾਫ਼ ਸਫਾਈ ਕਰ ਲੈਣੇ ਸਾਫ਼ ਸਫਾਈ ਤਾਂ ਕਰਕੇ ਕਰ ਲੈਣੇ ਕਿਉਂਕਿ ਹੁਣ ਗੱਡੀ ਚੜ੍ਹਨੀ ਹੈ ਰੋਡ 'ਤੇ ਉਈਓ ਬੇਸ 'ਚ ਉਹਦੇ ਤੋਂ ਚੰਗਾ ਮਤਲਬ ਕਿ ਇੱਕ ਪੀ ਪੀ ਪਾਣੀ ਦੀ ਮਾਰ ਲੈਂਦੇ ਆਪਾਂ ਇਹਦੇ ਸੈੱਟ ਦੀ ਹੋ ਜਾਵੇਗੀ ਇੱਕ ਵਾਰ ਫਿਰ ਬਾੜ ਲੈਂਦੇ ਹਾਂ ਪਤਾ ਚੱਲ ਜੂਗਾ ਅਭੀ ਆਪਣੇ ਸਾਰੇ ਦਰਸ਼ਕ ਬੈਠੇ ਹਾਂ ਕਾਹਦੂ ਬਾੜ ਕੇ ਦੇਖਾਂਗੇ ਕੱਲ ਪਰਸੋਂ ਨੂੰ ਆਪਾਂ ਨੇ ਕੱਦੂ ਕਰਨਾ ਫਿਰ ਬਾੜ ਦੇਣਾ ਆਪਾਂ ਨੇ ਇੱਕ ਆ ਰਹੇ ਹਾਂ ਦੋ ਦਰਸ਼ਕ ਪੂਰੇ ਕਿੱਥੇ ਛੱਡਣਾ ਪਾਣੀ ਸੁੱਕਾ
ਹੁਣ ਆ ਗਿਆ ਟਾਈਮ ਪਾਣੀ ਮਾਰਨੇ ਦਾ, ਚਾਚਾ ਕਰ ਰਿਹਾ ਸੇਵਾ। ਥੋੜਾ ਜਿਹਾ ਪਤਾ ਵੀ ਚੱਲਣਾ ਚਾਹੀਦਾ ਯਾਰ, ਆਫ ਰੋਡਿੰਗ ਕਰੀ ਆਪਾਂ, ਵਿੰਡਸ਼ੀਲਡ ਸਾਫ ਹੋਣੀ ਚਾਹੀਦੀ ਸੀ, ਉਹ ਹੋ ਗਈ। ਬਹੁਤ ਬੁਰੀ ਦੇਖਣਾ ਪਾਣੀ ਚੋ ਰਿਹਾ ਚੋਂ। ਤੇਰੇ ਕਿੰਨੇ ਕੁ ਮਿੰਟ ਦੀ ਬਣ ਗਈ ਹੁਣ? ਪਤਾ ਨਹੀਂ ਯਾਰ ਚੋ। ਹਾਂਜੀ, ਆਹ ਦੇਖ ਕਿਆ ਹਾਲ ਹੋਈ ਇਹਦੇ ਲੈਟ ਦਾ। ਲੈਟ ਤੇ ਇੱਕ ਸਾਈਡ ਦੀ ਤਾਂ ਨਹੀਂ ਹੋ ਗਈ, ਪਾਣੀ ਵੜ ਗਿਆ ਵਿੱਚ। ਆ ਜਾ ਓਏ ਜੋਤ, ਇਕੋ ਦੇਖੋ ਆਇਆ ਜੋਤ, ਆ ਜਿੱਤੀ ਆ। ਹੋ ਜਾ ਰਿਹਾ, ਦੇਖਦੇ ਵੀ ਕਿਆ ਹੋ ਰਿਹਾ। ਉਹ ਕਹਿੰਦੇ ਕੱਢੂ ਕਰ ਲੈ, ਆਇਆ ਪਵਾ ਦੇ ਹੈਰੋ। ਆ ਗੱਡੀ ਦੀ ਜਿੰਨੀ ਵੀ ਤੁਹਾਨੂੰ ਆਸ ਪਾਸ ਦੀ ਹਾਲਤ ਦਿਖ ਰਹੀ ਹੈ, ਇਸ ਪਿੱਛੇ ਦੇ ਸਾਰੇ ਰਿਸਪੋਂਸੀਬਲ ਆਪਣੇ ਨਾਲ ਬੈਠੇ ਆ। ਉਹ ਹੈਗੇ ਆ ਮਿਸਟਰ ਚਾਚਾ ਜੀ ਆਪਣੇ, ਆ ਨਾਲ ਦਾ ਸ਼ੀਸ਼ਾ ਆਪਣਾ ਦੇਖ ਲਓ ਤੁਸੀਂ, ਇਹਨੂੰ ਥੱਲੇ ਆਪਾਂ ਕਰ ਨਹੀਂ ਸਕਦੇ, ਜੇ ਥੱਲੇ ਕਰਤਾ ਸਕਰੈਚਾਂ ਸਕਰੂਚਾਂ ਵੱਜ ਜੂਗੀਆਂ ਇਹ 'ਤੇ, ਹੁਣ ਤਾਂ ਖੈਰ ਧੋਈ ਜਾਣੀ। ਅਤੇ ਕੱਲ੍ਹ ਨੂੰ ਆਪਾਂ ਨੇ ਕਰਨਾ, ਕੱਲ੍ਹ ਨੂੰ ਕਰਨਾ ਕਿ ਪਰਸੋਂ ਨੂੰ ਕਰਨਾ? ਕੱਲ੍ਹ ਨੂੰ ਕਰਨਾ ਸੀ ਕੱਦੂ, ਅਤੇ ਕੱਲ੍ਹ ਨੂੰ ਫਿਰ ਗਾਰੇ ਦੇ ਵਿੱਚ ਵੜੀ ਜਾਊਗੀ ਆ ਨਵੀਂ ਕਾਰ। ਕਿਹੜੀ ਵੜੂੰਗੀ? ਕੱਲ੍ਹ ਨੂੰ ਇੰਡੈਵਰ ਕੱਲ੍ਹ ਨੂੰ ਇੰਡੈਵਰ ਦੀ ਵਾਰੀ, ਅੱਜ ਪਜੈਰੋ ਦੀ ਸੀ, ਕੱਲ੍ਹ ਨੂੰ ਇੰਡੈਵਰ ਜਾਊਗੀ। ਇੰਡੈਵਰ ਦਾ ਜਿੱਥੇ ਤੱਕ ਅਸੀਂ ਦੇਖਿਆ ਜ਼ੋਰ ਜ਼ਿਆਦਾ ਇੰਡੈਵਰ ਦਾ, ਸਕਿੱਟ ਦੇ ਮਾਮਲੇ 'ਚ, ਪਰ ਕੱਦੂ ਦਾ ਮਾਮਲਾ ਅਸੀਂ ਦੇਖਿਆ ਨਹੀਂ ਹੈਗਾ। ਕੱਦੂ ਦਾ ਕੱਲ੍ਹ ਦੇਖਿਆ ਜਾਊਗਾ, ਨਾਲ ਤੁਹਾਨੂੰ ਦਿਖਾਇਆ ਜਾਊਗਾ। ਹਜੇ ਕਿਤੇ ਜਾ ਰਹੇ ਹਾਂ ਅਸੀਂ, ਰੋਡ 'ਤੇ ਜਾ ਰਹੇ ਹਾਂ, ਅਤੇ ਉੱਥੇ ਵੀ ਕਰੂੰਗੇ, ਥੋੜ੍ਹੀ ਜਿਹੀ ਸਕਿੱਟ ਵਗੈਰਾ ਮਾਰੂੰਗੇ, ਉਹ ਵੀ ਤੁਹਾਨੂੰ ਦਿਖਾ ਦਿੰਦੇ ਵੀਡੀਓ ਦੇ ਵਿੱਚ। ਆ ਫਿਰ ਆ ਗਏ ਦੂਜੇ ਖੇਤ 'ਚ ਅਸੀਂ, ਇੱਥੇ ਫਿਰ ਲਪੇੜਤੀ। ਮੈਨੂੰ ਲੱਗਦਾ ਚਾਚਾ ਕੁਝ ਤੋੜਨਾ ਦੇਵੇ ਗੱਡੀ 'ਚ। ਆਫ ਰੋਡਿੰਗ 'ਚ ਕੀ ਆਉਂਦਾ, ਮਿੱਟੀ ਮੁੱਠੀ ਜਿਹੜਾ ਨਹੀਂ ਹੁੰਦੀ, ਆਪਾਂ ਨੇ ਵੱਧ ਉਡਾ ਦੀ। ਖੋਲੀ ਚਾਚੇ, ਉਹ ਚਾਚੇ ਵੱਜਦਾ ਰਹੀ ਹੈ ਸਕਿੱਟ, ਪਰ ਜ਼ਿਆਦਾ ਨਹੀਂ ਵੱਜ ਰਿਹਾ। ਇੰਡੈਵਰ 'ਚ ਜ਼ਿਆਦਾ ਵੱਜ ਰਿਹਾ। ਥੋੜ੍ਹੀ ਜਿਹੀ ਘੁੰਮ ਘੱਟ ਰਹੀ ਆ ਇਹ 'ਚ, ਨਾ ਟਰਬੋ ਨਹੀਂ ਜਾ ਰਿਹਾ ਹੈਗਾ। ਟਰਬੋ ਇਹਦਾ ਵੈਸੇ ਬਹੁਤ ਪਾਵਰਫੁੱਲ ਹੈ, ਬਟ ਥੋੜ੍ਹੀ ਜਿਹੀ ਪ੍ਰੋਬਲਮ ਕਰਕੇ ਟਰਬੋ ਇਹਦਾ ਘੱਟ ਚੱਲ ਰਿਹਾ। ਆਹ ਦੇਖੋ ਚਾਚੇ, ਗੱਡੀ ਤਾਂ ਲਪੇੜ ਤੇਰੀ ਧੋਣੀ ਪੈਣੀ ਸਾਰੀ। ਆਫ ਰੋਡਿੰਗ ਕਰਨ ਤੋਂ ਬਾਅਦ ਅਸੀਂ ਇੱਥੇ ਆ ਗਏ ਸੀਗੇ ਜਾਂਸਲਾ, ਇੱਥੇ ਅਸੀਂ ਦੇਖਣ ਆਏ ਸੀਗੇ ਵੀ ਲੋਕ ਇਹਨੂੰ ਕਿਵੇਂ ਦੇਖਦੇ, ਕੀ ਕੁਛ ਆਪਾਂ ਨੂੰ ਰਿਐਕਸ਼ਨ ਮਿਲਦਾ, ਉਹ ਆਪਾਂ ਰਿਐਕਸ਼ਨ ਕੈਪਚਰ ਕਰਨ ਵਾਸਤੇ ਇੱਥੇ ਆਏ ਸੀ ਵੀ ਕਾਰ ਇੰਨੀ ਲਬੇੜੀ ਹੋਈ ਹੈ, ਦੇਖਦੇ ਲੋਕ ਦੇਖਦੇ ਕਿ ਨਹੀਂ। ਸਾਰੇ ਖੜੇ ਦੇਖਦੇ, ਉਹ ਦੇਖੋ ਤਿੰਨ ਜਾਣੇ ਬੈਂਚ 'ਤੇ ਬੈਠੇ ਦੇਖ ਰਹੇ, ਇੱਕ ਉਹ ਸਾਹਮਣੇ ਦੇਖ ਰਿਹਾ, ਉਹ ਦੇਖ ਰਿਹਾ ਵੀ ਕਿਹੜੇ ਬੰਦੇ ਕੱਦੂ ਕਰਕੇ ਆਏ ਹੋਏ ਗੱਡੀ ਨਾਲ। ਆਹ ਦੇਖੋ ਇੱਕ ਆ ਵੀ ਦੇਖ ਰਿਹਾ, ਉਹ ਸਾਹਮਣੇ ਦੇਖ ਰਹੀ ਇੱਕ ਬੀਬੀ, ਉਹ ਬੰਦਾ ਮੁੜ ਮੁੜ ਕੇ ਦੇਖ ਰਿਹਾ ਮੋਟਰਸਾਈਕਲ ਵਾਲਾ।
ਆਰਾ ਮੇਰੇ ਖਿਆਲ ਜੋਈ ਹੈ ਲੰਬੜਦਾਰ ਦਾ ਚਾਹ ਦਾ ਬਣਾ ਤੇ ਚਾਚੇ ਰਹੀ ਚਾਚੇ ਨਾਲ ਗੱਲ ਕਰੀਏ ਹੈਲੋ ਮਿਸਟਰ ਚਾਚਾ ਜੀ ਆਹ ਸਾਡੀ ਆਫ ਰੋਡਿੰਗ ਕਿਹੋ ਜੀ ਲੱਗੀ ਤੁਹਾਨੂੰ ਲਵੇੜੀ ਨੀ ਹੈਗੀ ਕੱਦੂ ਕੀਤਾ ਨਾਲ ਓਕੇ ਰਿਪੋਰਟ ਓਕੇ ਕੀ ਕਰਿਆ ਗਿਆ ਬਸ ਗਿੜੇ ਦੇ ਕੇ ਆਏ ਮਿੰਟ ਵਾ ਅੱਗੇ ਹੋਰ ਦਰਸ਼ਕ ਹੋਏ ਤਾਂ ਉਹਨਾਂ ਦਾ ਵੀ ਤੁਹਾਨੂੰ ਕੈਪਚਰ ਦਿਖਾਉਂਗੇ ਰਿਐਕਸ਼ਨ ਕੈਪਚਰ ਕਰੂੰਗੇ ਤੇ ਉਹਨਾਂ ਦਾ ਵੀ ਤੁਹਾਨੂੰ ਰਿਐਕਸ਼ਨ ਦਿਖਾਉਂਗੇ ਆ ਦੇਖੋ ਦੋ ਜਾਣੇ ਆ ਰਹੇ ਆ ਹੋਏ ਦੇਖਦੇ ਜਿੰਨੇ ਮੁੰਡੇ ਹੁੰਦੇ ਨਾ ਇਹਨਾਂ ਨੂੰ ਆਫ ਰੋਡਿੰਗ ਚ ਜ਼ਿਆਦਾ ਨਜ਼ਾਰਾ ਆਉਂਦਾ ਦੇਖੋ ਤੇ ਉਹ ਤਿੰਨਾਂ ਨੇ ਨਜ਼ਰ ਪਾਈ ਨਾਈਸ ਥੋੜਾ ਕੈਮਰਾ ਹਿੱਲੀ ਜਾ ਰਿਹਾ ਕਿਉਂਕਿ ਵਿੰਡਸ਼ੀਲਡ ਹੈਗੀ ਆ ਖਰਾਬ ਤੁਹਾਨੂੰ ਦਿਖਾ ਨਵੇਂ ਸ਼ੂਟਿੰਗ ਕਿਵੇਂ ਕਰ ਰਿਹਾ ਆ ਰਿਹਾ ਇਹ ਕੱਲੀ ਇੱਧਰਲੇ ਪਾਸੇ ਦਿਖ ਰਹੇ ਇੰਨੇ ਕੁ ਪਾਸੇ ਦਾ ਸ਼ੂਟਿੰਗ ਕਰ ਰਿਹਾ ਮੈਂ ਕੀ ਹਾਲ ਚਾਲ ਤੁਹਾਡਾ ਆਹ ਕਹਿ ਜੀ ਲੱਗ ਰਹੀ ਗੱਡੀ ਸਾਡੀ ਸਿਰਾ ਲਾ ਰਿਹਾ ਤੂੰ ਦੱਸ ਮਨ ਬਾਈ ਵਧੀਆ ਅਗਰ ਉਹ ਯਾਰ ਅਸੀਂ ਆਫ ਰੋਡਿੰਗ ਕੀਤੀ ਤੁਸੀਂ ਆਏ ਨੀ ਹੈਗੇ ਓ ਹੋ ਚੱਲ ਤੇਰਾ ਸੀਨ ਮਿਸ ਹੋ ਗਿਆ ਕੋਈ ਗੱਲ ਨੀ ਅਗਲੀ ਵਾਰ ਫਿਰ ਸਹੀ ਅੱਜ ਦੇ ਆਹ ਜਿੰਨਾ ਵੀ ਆਪਣਾ ਬਲੌਗ ਹੈ ਸਾਰਾ ਆਪਣੇ ਚਾਚੇ ਨੂੰ ਡੈਡੀਕੇਟਿਡ ਹੈ ਚਾਚੇ ਨੇ ਚਾਚਾ ਗੱਡੀ ਲੈ ਗਿਆ ਚਾਚੇ ਨੇ ਫੋਨ ਮਾਰਿਆ ਚਾਚੇ ਨੇ ਆਫ ਰੋਡਿੰਗ ਕੀਤੀ ਅਤੇ ਚਾਚੇ ਨੇ ਬਲੌਗ ਬਣਾਉਣ 'ਚ ਆਪਣੀ ਹੈਲਪ ਕੀਤੀ ਤਾਂ ਕਰਕੇ ਚਾਚੇ ਨੂੰ ਮੋਸਟ ਇੰਪੋਰਟੈਂਟ ਥੈਂਕ ਯੂ ਹੁਣ ਅਗਲੀ ਵਾਰ ਚਾਚਾ ਕਹਿੰਦਾ ਆਪਣੇ ਇੰਡੇਵਰ ਲਿਆਣੀ ਹੈ ਇੰਡੇਵਰ ਕਦੋਂ ਕੱਲ੍ਹ ਨੂੰ ਨੈਕਸਟ ਬਲੌਗ ਚਾਚਾ ਕਹਿੰਦਾ ਇੰਡੇਵਰ ਦਾ ਉਹ ਤੋਂ ਬਾਅਦ ਕੋਈ ਗਲਤੀ ਮਲਤੀ ਹੋ ਗਈ ਹੋਵੇ ਆਪਣੇ ਦੋ ਵਲੌਗ 'ਚ ਉਹਦੀ ਮਾਫ਼ੀ ਅੱਜ ਜਿਹੜੇ ਕੱਪੜੇ ਵਗੈਰਾ ਪਾਏ ਹੋਏ ਸੀਗੇ ਅਤੇ ਆਹ ਜਿਹੜੇ ਬਾਲ ਵਗੈਰਾ ਖਿੰਡੇ ਹੋਏ ਆ ਇਹਨਾਂ ਦਾ ਇਹ ਤੁਸੀਂ ਇਗਨੋਰ ਕਰਿਓ ਕਿਉਂਕਿ ਅਸੀਂ ਘਰ ਹੀ ਸੀਗੇ ਚਾਚਾ ਅਚਾਨਕ ਹੀ ਆ ਗਿਆ ਤਾਂ ਕਰਕੇ ਨੈਚੁਰਲ ਵਲੌਗ ਬਣ ਗਿਆ ਆਪਣਾ ਆ ਓਕੇ ਜੀ ਟਾਟਾ ਬਾਏ ਬਾਏ ਸੀ ਯੂ ਅਗਲਾ ਵਲੌਗ ਦੇਖਦੇ ਰਹੋ ਚੈਨਲ ਨੂੰ ਮੋਸਟ ਇੰਪੋਰਟੈਂਟ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਓਕੇ ਜੀ